ਉਹ ਇਹੀ ਨੇ ਜਿੱਤੂਗਾ ਪੰਜਾਬ, ਜਿੱਤੂਗੀ ਪੰਜਾਬੀਅਤ, ਜਿੱਤੂਗਾ ਹਰ ਪੰਜਾਬੀ। ਅਸੀਂ ਲੋਕਤੰਤਰ ਦੀ ਤਾਕਤ ਲੋਕਾਂ ਨੂੰ ਦੇਣੀ ਹੈ, ਭਾਵੇਂ ਉਹ ਮਹੱਲਿਆਂ ਨੂੰ ਦੇਈਏ, ਭਾਵੇਂ ਉਹ ਸੁਸਾਇਟੀਆਂ ਨੂੰ ਦੇਈਏ, ਭਾਵੇਂ ਉਹ ਪਿੰਡਾਂ ਨੂੰ ਦੇਈਏ, ਲੇਕਿਨ ਜ਼ਮੀਨ ਤੱਕ ਤਾਂ ਜਾਵੇ, ਚਾਰ ਬੰਦਿਆਂ ਤੱਕ ਨਾ ਸੀਮਿਤ ਰਹਿ ਜੇ। ਹੁਣ ਮੈਂ ਅੱਗੇ ਆਉਣਾ, ਇੱਥੇ ਨਾ ਨੀਅਤ ਨਾ ਨੀਤੀ ਕੱਖ ਨਹੀਂ ਗਾ। ਇੱਥੇ ਤਾਂ ਪੁਰਾਣੇ ਜ਼ਮਾਨੇ ਵਾਲੀਆਂ ਗੱਲਾਂ ਯਾਦ ਆਉਂਦੀਆਂ ਮੈਨੂੰ। ਕੁਲੀਨ ਤੰਤਰ ਹੁੰਦਾ ਸੀ, ਰਾਣੀ ਦੇ ਪੇਟ 'ਚੋਂ ਰਾਜਾ ਪੈਦਾ ਹੁੰਦਾ ਸੀ। ਟੇਢਾ ਹੋਵੇ, ਮੇਢਾ ਹੋਵੇ, ਦਿੱਤਰਾਸ਼ਟ ਹੋਵੇ, ਅੰਨਾ ਹੋਵੇ, ਕਾਣਾ ਹੋਵੇ, ਕਿਉਂਕਿ ਰਾਣੀ ਦੇ ਪੇਟ 'ਚੋਂ ਪੈਦਾ ਹੋਇਆ ਤਾਂ ਰਾਜਾ। ਲੇਕਿਨ ਇੱਥੇ ਰਾਜਾ ਮੱਤ ਪੇਟੀ ਦੇ ਗਰਭ 'ਚੋਂ ਨਿਕਲਦਾ ਹੈ, ਲੋਕ ਬਣਾਉਂਦੇ ਆ ਰਾਜਾ। ਆਵਾਜ਼ੇ ਖਲਕ ਨਗਾੜਾ ਹੈ ਖੁਦਾ, ਜਨਤਾ ਦੀ ਆਵਾਜ਼ ਦੇ ਵਿੱਚ ਪਰਮਾਤਮਾ ਦੀ ਆਵਾਜ਼ ਹੈ। ਔਰ ਅੱਜ ਉਹ ਜਨਤਾ ਦੀ ਆਵਾਜ਼ ਹੈ, ਆਕਰੋਸ਼ ਹੈ। ਉਹ ਕਹਿੰਦੇ ਆ ਕਾਲੇ ਬੱਦਲ, ਚਲੋ ਮੈਂ ਹੋਰ ਤਰ੍ਹਾਂ ਕਹਿ ਦੇਣਾ, ਕਾਲੇ ਬਾਦਲ, ਕਾਲੇ ਬਾਦਲ ਐਂ ਮੰਡਰਾਉਂਦੇ ਆ, ਐਂ ਮੰਡਰਾਉਂਦੇ ਆ, ਪੱਟੂ ਛੱਡਣ ਹੀ ਨਹੀਂ ਡਏ, ਐਂ ਮੰਡਰਾਉਂਦੇ ਆ, ਸੂਰਜ ਨਿਕਲਣ ਨਹੀਂ ਡਿਆ। ਅਤੇ ਲੋਕਾਂ ਦੀ ਆਵਾਜ਼ ਕਹਿੰਦੀ ਹੈ ਹੈ ਅੰਧੇਰਾ ਬਹੁਤ, ਕਾਲੇ ਬਾਦਲ ਚੀਰ ਕੇ ਅਬ ਸੂਰਜ ਨਿਕਲਣਾ ਚਾਹੀਏ, ਜੈਸੇ ਵੀ ਹੋ ਇਹ ਮੌਸਮ ਬਦਲਣਾ ਚਾਹੀਏ। ਔਰ ਜੋ ਚਿਹਰੇ ਰੋਜ਼ ਬਦਲਤੇ ਹੈ ਨਕਾਬੋਂ ਕੀ ਤਰ੍ਹਾਂ, ਅਬ ਜਨਾਜ਼ਾ ਧੂਮ ਸੇ ਉਨਕਾ ਨਿਕਲਣਾ ਚਾਹੀਏ। ਸਾਡੀ ਇਹ ਧਾਰਨਾ ਹੈ ਕਿ ਪਾਰਟੀ ਕੋਈ ਚੰਗੀ ਨਹੀਂ, ਕੋਈ ਮਾੜੀ ਨਹੀਂ, ਪਾਰਟੀਆਂ ਨੂੰ ਚਲਾਉਣ ਵਾਲੇ ਲੋਕ ਚੰਗੇ ਮਾੜੇ ਹੈ, ਉਹਨਾਂ ਦੀ ਸੋਚ ਚੰਗੀ ਮਾੜੀ ਹੈ। ਹੰਸ ਅਤੇ ਬਗਲਾ ਮਾਨਸਰੋਵਰ 'ਚ ਇਕੱਠੇ ਰਹਿੰਦੇ, ਹੰਸ ਮੋਤੀ ਖੋਜਦੇ ਅਤੇ ਬਗਲਾ ਮੱਛੀਆਂ, ਦੋਹਾਂ ਦੀ ਸੋਚ 'ਚ ਅੰਤਰ ਹੈ। ਸਾਡੀ ਲੜਾਈ ਪਾਰਟੀ ਨਾਲ ਨਹੀਂ, ਪਾਰਟੀਆਂ ਨੂੰ ਚਲਾਉਣ ਵਾਲੇ ਲੋਕਾਂ ਨਾਲ ਹੈ। ਮਾਸਟਰ ਤਾਰਾ ਸਿੰਘ ਦੀ ਪਾਰਟੀ ਤਿਆਗ ਬਲੀਦਾਨ ਨਾਲ ਬਣੀ ਪਾਰਟੀ, ਇੱਕ ਪਵਿੱਤਰ ਜਮਾਤ ਜਦਾਦ ਬਣਾ ਲਈ, ਇੱਕ ਪਵਿੱਤਰ ਜਮਾਤ ਜਦਾਦ ਬਣਾ ਲਈ, ਖੂੰਟੇ ਨਾਲ ਬੰਨ ਲਈ। ਇਹ ਕਿੱਥੋਂ ਦਾ ਇਨਸਾਫ ਹੈ, ਇਹਦਾ ਵਿਰੋਧ ਕਰਦੇ ਹਾਂ। ਇਹਨਾਂ ਬੜੇ ਬੜੇ ਲਾਲਚ ਦਿੱਤੇ, ਲੇਕਿਨ ਸਿੱਧੂ ਨੇ ਗੁਰੂ ਘਰ ਨਹੀਂ ਛੱਡਿਆ। ਇਹਨਾਂ ਚਾਹਿਆ ਕਿ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰੋਂ ਨਿਕਲ ਜੇ, ਜਿਹਨਾਂ ਦੀ ਅਸੀਂ ਸਭ ਤੋਂ ਵੱਧ ਇੱਜ਼ਤ ਕਰਦੇ ਸੀ, ਉਹਨਾਂ ਨੂੰ ਲਿਆ ਕੇ ਸਾਡੇ ਸਾਹਮਣੇ ਖੜਾ ਕਰਤਾ। ਉਹ ਕਹਿੰਦਾ ਬੱਚੂ ਕੁਰੂਕਸ਼ੇਤਰੋਂ ਲੜ ਲਾ। ਮੈਂ ਕਿਹਾ ਜੀ ਮੇਰਾ ਕੀ ਪਿਆ ਉੱਥੇ। ਉਹ ਕਹਿੰਦਾ ਫਿਰ ਵੈਸਟ ਦਿੱਲੀਓਂ ਲੱਗ ਜਾ, ਜਿੱਤੇਗਾ 2 ਲੱਖ 'ਤੇ। ਮੈਂ ਕਿਹਾ ਜੀ ਮੈਂ ਕੰਨਿਆ ਕੁਮਾਰੀਓਂ ਵੀ ਜਿੱਤ ਜੂ, ਪਰ ਮੈਂ ਛੱਡਣਾ ਨਹੀਂ ਗੁਰੂ ਘਰ, ਕਿਉਂਕਿ ਮੈਂ ਗੁਰੂ ਘਰ ਦਾ ਨੌਕਰ ਹਾਂ, ਮੈਂ ਗੁਰੂ ਘਰ ਦਾ ਚਾਕਰ ਹਾਂ, ਅਤੇ ਮੈਂ ਵਫਾ ਦੇ ਮਾਮਲੇ 'ਚ ਗੁਰੂ ਘਰ ਦਾ ਕੂਕਰ ਹਾਂ। ਆਤ ਚਲਾਈ ਹੋ ਗਈ ਉੱਥੇ, ਗਲਤ ਗੱਲ ਹੋ ਗਈ। ਉਦੋਂ ਬਾਅਦ ਸਿੱਧੂ ਗਾਇਬ, ਜਦੋਂ ਤਾਂ ਹਨੇਰੀਆਂ ਚੱਲਦੀਆਂ। ਸਿੱਧੂ ਕਾਕਾ ਚਲੋ ਰੈਲੀ ਕਰੀਏ, ਸਿੱਧੂ ਕਾਕਾ ਰੈਲੀ ਕਰੀਏ, ਆਹ ਗੱਲ ਸੁਣ, ਉਹ ਛੱਡੋ ਜੀ ਰੈਲੀ ਕਰੀਏ, 200 ਰੈਲੀਆਂ, 200 ਰੈਲੀਆਂ। ਅਤੇ ਜਦੋਂ ਰੈਲੀਆਂ ਮੁੱਕੀਆਂ ਤਾਂ ਸਰਕਾਰ ਬਣਨ ਦਾ ਟਾਈਮ ਆਇਆ। ਇੰਸਪੈਕਟਰ ਕਹਿੰਦਾ ਸਰਦਾਰ ਸਾਹਿਬ ਤੁਸੀਂ ਤਾਂ ਥੱਲੇ ਉੱਤਰ ਜਾਓ, ਤੁਹਾਡੇ ਤਾਂ ਹੁਕਮ ਹੈ, ਤੁਸੀਂ ਤਾਂ ਉੱਤੇ ਆਉਂਗੇ। ਮੈਂ ਥੱਲੋਂ ਹੀ ਗਾਣਾ ਗਾਇਆ, ਮਤਲਬ ਨਿਕਲ ਗਿਆ ਹੈ ਤੋ ਪਹਿਚਾਨਤੇ ਨਹੀਂ, ਯੂੰ ਜਾ ਰਹੇ ਹੈ ਜੈਸੇ ਹਮ ਜਾਣਤੇ ਨਹੀਂ ਹੈ। ਤਾਂ ਹੀ ਤਾਂ ਕਿਹਾ ਡੈਕੋਰੇਸ਼ਨ ਪੀਸ ਬਣਾਤੇ, ਖੜੇ ਕਰਤੇ। ਕੈਨੇਡਾ ਦਾ ਪ੍ਰਧਾਨ ਮੰਤਰੀ ਆਇਆ, ਕਹਿੰਦੇ ਕਾਕਾ ਬਾਹਰ ਖੜਾ ਹੋ ਜਾ, ਤੂੰ ਜ਼ਿਆਦਾ ਸੋਹਣਾ ਲੱਗਦਾ, ਫੋਟੋ ਤੇਰੀ ਲੱਗੂ। 2000 ਕਰੋੜ ਦੇ ਅਨਾਊਂਸਮੈਂਟ ਕੀਤੇ ਅੰਮ੍ਰਿਤਸਰ ਆ ਕੇ, ਕਹਿੰਦੇ ਸਿੱਧੂ ਸਾਹਿਬ ਨਹੀਂ ਬੁਲਾਉਣਾ। ਮੁੰਡਾ ਬੜਾ ਚਮਕਦਾ, ਥੋੜ੍ਹਾ ਉੱਠੇ ਤਾਂ ਸਹੀ, ਕੋਈ ਠਾ ਥੋੜ੍ਹਾ ਮਾੜਾ ਜਿਹਾ ਸਿਰ 'ਤੇ ਕੱਢੇ ਠਾ। ਉਹ ਅਸੀਂ ਕੀ ਚਾਹੁੰਦੇ ਸੀ, ਅਸੀਂ ਕੀ ਚਾਹੁੰਦੇ ਸੀ ਭਾਅ ਜੀ, ਸਿਰਫ ਇਹੀ ਚਾਹੁੰਦੇ ਸੀ ਕਿ ਅੰਮ੍ਰਿਤਸਰ ਦਾ ਵਿਕਾਸ ਕਰ ਦਿਓ। ਕੋਈ ਤਮੰਨਾ ਨਹੀਂ ਸੀ। ਇਸ ਗੁਰੂ ਘਰ ਦੇ 1.25 ਲੱਖ ਲੋਕ ਆਉਂਦੇ ਆ ਮਹਾਰਾਜ, 1.25 ਲੱਖ ਲੋਕ ਆਉਂਦੇ ਆ ਮੱਥਾ ਟੇਕਣ। ਇਹਨੂੰ ਸਵਾਰ ਦਿਓ, 25-25 ਫੁੱਟ ਦੇ ਗੰਧ ਦੇ ਢੇਰ ਲੱਗੇ ਆ, ਬੱਚਿਆਂ ਨੂੰ ਖੇਡਣ ਨੂੰ ਥਾਂ ਨਹੀਂ, ਅਕੈਡਮੀ ਬਣਾ ਦਿਓ। ਪੈਸੇ ਲਿਆ ਕੇ ਜਮ੍ਹਾਂ ਕਰਾ ਕੇ ਕਿਹਾ ਲਓ ਭਾਅ ਜੀ ਉਦਘਾਟਨ ਕਰੋ, ਕਰਤੇ ਉਦਘਾਟਨ। ਉਹ ਇੱਟਾਂ ਲੱਗੀਆਂ ਉੱਦਾਂ ਦੀਆਂ ਉੱਦਾਂ ਨਹੀਂ ਸੁਣੀ। ਸਿੱਧੂ ਦੇ ਨਾਲ ਜੋ ਮਰਜ਼ੀ ਰਾਜਨੀਤੀ ਕਰਦੇ, ਸਿੱਧੂ ਦੀ ਪਿੱਠ ਲਾਉਂਦੇ ਕੋਈ ਗੱਲ ਨਹੀਂ ਸੀ, ਲੇਕਿਨ ਸਿੱਧੂ ਦੀ ਪਿੱਠ ਲਾਉਣ ਲਈ ਅੰਮ੍ਰਿਤਸਰ ਦਾ ਵਿਕਾਸ ਰੋਕ ਦਿਓਗੇ ਤੁਸੀਂ, ਇਹ ਕਰੋਗੇ ਤੁਸੀਂ। ਮੇਰੇ ਹੀਰੋ ਡਾਕਟਰ ਪ੍ਰਤਾਪ ਸਿੰਘ ਕਹਿ ਰਹੇ,
ਉਹਨਾਂ ਦੀ ਪਾਰਟੀ ਦੇ ਅੱਜ ਨੁਮਾਇੰਦਗੀ ਕਰ ਰਹੇ ਕੈਪਟਨ ਸਾਹਿਬ। ਲੋਕਾਂ ਦੀਆਂ ਨਿਗਾਹਾਂ ਦੇ ਵਿੱਚ ਇੱਕ ਸਿੱਕੇ ਦੇ ਦੋ ਪਹਿਲੂ। ਇੱਕ ਵੀ ਗੱਲ ਜੇ ਝੂਠੀ ਹੋਵੇ ਲੋਕਾਂ ਦੀ ਨਾ ਹੋਵੇ ਤਾਂ ਨਵਜੋਤ ਸਿੰਘ ਸਿੱਧੂ ਨੂੰ ਨੀਵੇਂ ਥਾਵੇਂ ਪਾ ਦੇਣਾ। ਇੱਕ ਸਿੱਕੇ ਦੇ ਦੋ ਪਹਿਲੂ ਮੈਦਾਨ 'ਚ ਆਉਂਦੇ ਆ ਕੁਸ਼ਤੀ ਕਬੱਡੀ। ਚੱਕ ਦਿਆਂਗੇ ਸ਼ੇਰ ਹੋਏ ਤੂੰ ਹੋਏ ਫਲਾਨਾ ਹੋਏ, ਅਤੇ ਸ਼ਾਮ ਨੂੰ ਫਾਰਮ ਹਾਊਸ ਦੇ ਉੱਤੇ ਜਾ ਕੇ ਜੱਫੀਆਂ 'ਤੇ ਜਸ਼ਨ। ਇਹ ਫਰੈਂਡਲੀ ਮੈਚ ਖੇਡਦੇ ਆ, ਇਹ ਇੱਕੋ ਥਾਲੀ ਦੇ ਚੱਟੇ ਵੱਡੇ ਹੈ।